ਪਟਿਆਲਾ ਸ਼ਹਿਰ ਵਿੱਚ ਅੱਜ ਸਵੇਰੇ 7 ਵਜੇ ਤੋਂ ਲਗਾਤਾਰ ਮੂਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਵਿੱਚ ਪੂਰਾ ਸ਼ਹਿਰ ਪਾਣੀ ਪਾਣੀ ਹੋ ਗਿਆ। ਜਾਣਕਾਰੀ ਮੁਤਾਬਕ ਸ਼ਹਿਰ ਦੇ ਨੀਵੇਂ ਇਲਾਕਿਆਂ ਵਿੱਚ ਵੀ ਪਾਣੀ ਭਰ ਗਿਆ ਅਤੇ ਕਈ ਪਲੇ ਸਕੂਲਾਂ ਵੱਲੋਂ ਤੇਜ਼ ਮੀਂਹ ਦੇ ਕਾਰਨ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਦੂਜੇ ਪਾਸੇ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਦੇ ਕੋਲ ਖੜੇ ਹੋਏ ਪਾਣੀ ਵਿੱਚ ਅਚਾਨਕ ਕਰੰਟ ਆ ਗਿਆ ਅਤੇ ਇੱਕ ਵਿਅਕਤੀ ਨੂੰ ਕਰੰਟ ਨੇ ਬੁਰੀ ਤਰ੍ਹਾਂ ਝਟਕਾ ਦਿੱਤਾ, ਜਿਸ ਨੂੰ ਇਲਾਕੇ ਦੇ ਲੋਕਾਂ ਨੇ ਚੁੱਕ ਕੇ ਸਰਕਾਰੀ ਹਸਪਤਾਲ ਵਿੱਚ ਪਹੁੰਚਾਇਆ, ਜਿੱਥੇ ਫਿਲਹਾਲ ਉਹ ਜ਼ੇਰੇ ਇਲਾਜ ਹੈ। ਜਾਣਕਾਰੀ ਮੁਤਾਬਿਕ ਇਹ ਵਿਅਕਤੀ ਇੱਕ ਪੁਲਿਸ ਮੁਲਾਜ਼ਮ ਦੱਸਿਆ ਜਾ ਰਿਹਾ ਹੈ ਤੇ ਸੂਤਰਾਂ ਮੁਤਾਬਿਕ ਇਸ ਦੀ ਮੌਤ ਹੋ ਚੁੱਕੀ ਹੈ। ਸੁਨੀਲ ਗਰਗ ਜੀ, ਸੁਨੀਲ ਜੀ, ਕਿੰਨੀ ਕੁ ਦੇਰ ਬਾਰਿਸ਼ ਹੋਈ ਹੈ ਇੱਥੇ? ਔਰ 2 ਘੰਟੇ ਹੋਈ ਹੈ ਜੀ, ਕੋਈ ਜ਼ਿਆਦਾ ਤਾਂ ਹੋਈ ਨਹੀਂ। ਪਾਣੀ ਦੀ ਨਿਕਾਸੀ ਹੋ ਨਹੀਂ ਰਹੀ ਵੈਸੇ? ਪਾਣੀ ਨਿਕਾਸੀ ਖੜੇ, ਪਾਣੀ ਦੁਕਾਨਾਂ 'ਚ ਵੜ ਗਿਆ ਜੀ ਅੰਦਰ। ਕਿੰਨਾ ਕੁ ਨੁਕਸਾਨ ਲੱਗਦਾ ਵੀ, ਕਿੰਨਾ ਕੁ ਨੁਕਸਾਨ? ਨੁਕਸਾਨ ਹੈ ਜੀ, ਫੁੱਟ ਪਾਣੀ ਦੁਕਾਨਾਂ 'ਚ ਜੀ ਅੰਦਰ। ਨਿਰਪੱਖ ਪੋਸਟ ਲਈ ਪਟਿਆਲਾ ਤੋਂ ਅਮਰਜੀਤ ਸਿੰਘ ਦੀ ਰਿਪੋਰਟ।